ਮਾਈ ਹਰਜੀਤ ਹਰਮਨ ਜੀ ਕੋਈ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਇਸ ਕਲੱਬ ਦੇ ਮੈਂਬਰ ਨੇ ਇੱਕ ਆਪਣੇ ਨਾਭੇ ਦੀ ਇੱਕ ਬਹੁਤ ਹੀ ਪਿਆਰੀ ਸ਼ਖਸੀਅਤ ਔਰ ਕਹਿ ਦਈਏ ਵੀ ਆਪਾਂ ਜੇ ਪੰਜਾਬੀ ਕਲਚਰ ਦੀ ਗੱਲ ਕਰੀਏ ਗੀਤਾਂ ਦੇ ਵਿੱਚ ਲਹਿੰਗੇ ਫੁਲਕਾਰੀਆਂ ਸੋ ਹਰ ਇੱਕ ਚੀਜ਼ ਹੈ ਜਿਹੜੀ ਪੰਜਾਬੀ ਕਲਚਰ ਦੀ ਦੇਖਾ ਜਿਹੜੀ ਉਹ ਹਰਜੀਤ ਹਰਮਨ ਦੇ ਗੀਤਾਂ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦੀ ਆ ਸੋ ਮੈਂ ਤਾਂ ਇਹੀ ਕਰੂੰਗਾ ਕਿ ਪੰਜਾਬੀ ਕਲਚਰ ਦੀ ਜਿੰਦ ਜਾਨ ਪੰਜਾਬੀ ਸੱਭਿਆਚਾਰਕ ਗਾਇਕੀ ਦਾ ਮਾਣ ਥੰਮ ਕਲਾਕਾਰ ਹੈ ਬਾਈ ਹਰਜੀਤ ਹਰਮਨ ਇੱਕ ਵਾਰ ਖੁੱਲ ਕੇ ਤਾੜੀਆਂ ਮਾਰ ਦਿਓ ਸਾਰੇ ਵੀਰ ਹਰਮਨ ਦੇ ਲਈ ਸੋ ਆਓ ਜੀ ਪੰਜਾਬ ਦਾ ਮਾਣ ਬਾਈ ਹਰਜੀਤ ਹਰਮਨ ਸੋ ਥੈਂਕ ਯੂ ਕੁਲਵੀਰ ਬਹੁਤ ਬਹੁਤ ਸ਼ੁਕਰੀਆ ਮੈਨੂੰ ਤਾਂ ਸਾਰੇ ਆਰਟਿਸਟ ਭਰਾ ਸਾਰਥੀ ਐਂਡ ਪਾਰਟੀ ਅਤੇ ਬਾਕੀ ਕਿਉਂਕਿ ਇਸ ਕਲੱਬ ਦਾ ਸਾਨੂੰ ਇੰਨੀ ਚਾਅ ਰਹਿੰਦਾ ਗਾਉਣਾ ਗੁਣਾ ਦਾ ਜਿਵੇਂ ਆਤਮੇ ਨੇ ਕਿਹਾ ਪ੍ਰਮਾਤਮਾ ਦੀ ਕਿਰਪਾ ਕਿ ਸਾਨੂੰ ਇੰਨੇ ਲੰਮੇ ਸਮੇਂ ਤੋਂ ਇੱਕ ਮੈਨੂੰ ਖੁਸ਼ੀ ਹੈ ਕਿ ਜਿਹੜੇ ਕਲੱਬ ਦੇ ਮੈਂਬਰ ਨੇ ਬੜੇ ਸੂਝਵਾਨ ਨੇ ਅਤੇ ਚੰਗੇ ਕੰਮ ਕਰਦੇ ਅਤੇ ਮੇਲਾ ਤਾਂ ਕਰਕੇ ਚੱਲਦਾ ਹੁੰਦਾ ਸਾਡਾ ਇੰਟਰਸਟ ਰਹਿੰਦਾ ਕਿ ਮੇਲਾ ਜਦੋਂ ਉਹਦੀ ਸਪੋਰਟ ਹੋਵੇ ਤਾਂ ਅਸੀਂ ਕਰਨ ਨੂੰ ਤਿਆਰ ਹਾਂ ਇੱਕ ਮੈਂਬਰਾਂ ਦੇ ਤੌਰ 'ਤੇ ਇਸ ਮੇਲੇ ਨਾਲ ਜੁੜਿਆ ਸੋ ਢੀਂਡਸਾ ਸਾਹਿਬ ਵੋਟਰ ਸਾਹਿਬ ਬੈਠੇ ਨੇ ਜਦੋਂ ਉਹਦੇ ਠੇਕੇਦਾਰ ਸਾਹਿਬ ਬਿੱਲੋ ਜੀ ਬੱਲੇਵਾਲ ਤੋਂ ਅਤੇ ਭਿੰਦਰ ਜੀ ਧਾਰੋਕੀ ਮੁੰਗੋ ਸਾਹਿਬ ਲਵਲੀ ਭੂਪਾ ਸਾਰੇ ਪ੍ਰੈਸ ਰਿਪੋਰਟਰ ਭਰਾ ਜੱਸੀ ਸੋਝਾਂ ਵਾਲਾ ਅਤੇ ਸੁਰਿੰਦਰਾ ਕੰਬਾਈਨ ਵਾਲੇ ਵਾਯੂ ਜੀ ਜਿਨ੍ਹਾਂ ਨੇ ਐਤਕੀ ਬਹੁਤ ਹੀ ਸਪੋਰਟ ਇਸ ਮੇਲੇ ਨੂੰ ਕੀਤੀ ਅਜੀਤ ਅਤੇ ਥੂਹੀ ਸਾਹਿਬ ਦਾ ਐਤਕੀ ਪ੍ਰਧਾਨਗੀ ਅਤੇ ਇਹਨਾਂ ਦੇ ਸਰਪ੍ਰਸਤੀ ਹੇਠ ਜਿਹੜਾ ਇਹ ਮੇਲਾ ਹੋਣ ਜਾ ਰਿਹਾ ਸੋ ਸਾਰਿਆਂ ਲਈ ਮੇਰੀ ਦੁਆਵਾਂ ਨੇ ਪਰਮਾਤਮਾ ਦੀ ਚੜ੍ਹਦੀ ਕਲਾ ਬਖਸ਼ੇ ਤੁਹਾਡੇ ਅਤੇ ਨਾਲ ਇਸ ਮੇਲੇ ਨੂੰ ਅਤੇ ਅੱਜ ਮਿੱਤਰਾਂ ਦੇ ਨਾਂ ਜਾਣਦੇ ਤੁਸੀਂ ਚਲਾਉਣਾ ਕੰਮ ਕਰਦੇ ਸੀ ਜੋ ਗੱਲਾਂ ਕਦੇ ਹਵਾਵਾਂ ਅੱਜ ਜੁੜੇ ਮੈਂ ਵੇਖੇ ਉਹ ਵੀ ਥਾਵਾਂ ਨਾਲ ਕਰਦੇ ਸੀ ਜੋ ਗੱਲਾਂ ਕਦੇ ਹਵਾਵਾਂ ਅੱਜ ਜੁੜੇ ਮੈਂ ਵੇਖੇ ਉਹ ਵੀ ਥਾਵਾਂ ਕੱਲੇ ਕਹਿਰੇ ਦੀ ਨਾ ਪੁੱਛ ਪ੍ਰਤੀਤ ਹੁੰਦੀ ਉਹ ਬੰਦਾ ਵੱਡਾ ਹੁੰਦਾ ਯਾਰ ਭਰਾਵਾਂ ਨਾਲ ਨੱਚ ਲੈ ਖੁਸ਼ੀ ਮਨਾ ਲੈ ਨੱਚ ਲੈ ਖੁਸ਼ੀ ਮਨਾ ਲੈ ਚਿੰਤਾ ਛੱਡ ਦੇਵੇ ਸੱਜਣਾ ਕਿਉਂਕਿ ਕਹਿਣ ਸਿਆਣੇ ਹੱਸਦਿਆਂ ਦੇ ਘਰ ਵਸਦੇ ਹੋਏ ਸੱਜਣਾ ਕਹਿਣ ਸਿਆਣੇ ਹੱਸਦਿਆਂ ਦੇ ਘਰ ਵਸਦੇ ਹੋਏ ਸੱਜਣਾ ਚਾਰ ਯਾਰਾਂ ਦੀ ਕਿਤੇ ਅੱਜ ਮਾਲੀ ਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜ਼ੀ ਬੰਗਾ ਚੁੜਵਾਲੀ ਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜ਼ੀ ਬੰਗਾ ਚੁੜਵਾਲੀ ਮਿੱਤਰਾਂ ਦਾ ਨਾਂ ਚੱਲਦਾ ਚਾਰ ਯਾਰਾਂ ਦੀ ਕਿਤੇ ਅੱਜ ਮਾਲੀ ਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜ਼ੀ ਬੰਗਾ ਚੁੜਵਾਲੀ ਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜ਼ੀ ਬੰਗਾ ਸਾਡੇ ਨਾਲ ਸੁਣਿਆਰ ਨੇ
ਮਿੱਤਰਾਂ ਦਾ ਨਾਂ ਚੱਲਦਾ ਜਿੱਥੋਂ ਮਰਜ਼ੀ ਬੰਗਾ ਜੜਵਾਲੀ ਸੁਣਨਾ ਤਾਂ ਮੈਨੂੰ ਹਾਜ਼ਰੀ ਲਵਾਉਣੀ ਪੈਣੀ ਸੀ ਵਿੱਚ ਅਤੇ ਬਹੁਤ ਬਹੁਤ ਸ਼ੁਕਰੀਆ ਬੈਂਡ ਵਾਲੇ ਭਰਾ ਸਾਡੇ ਮੇਰੇ ਦਫ਼ਤਰ ਕੋਲ ਨੇ ਸੁਦਲੱਦੀ ਸਾਹਿਬ ਬੜਾ ਪਿਆਰ ਬਹੁਤ ਬਹੁਤ ਮਿਹਰਬਾਨੀ ਢੀਂਡਸਾ ਸਾਹਿਬ ਭਾਈ ਅਜੀਤ ਹੋਣੀ ਬਹੁਤ ਬਹੁਤ ਮਿਹਰਬਾਨੀ ਜਿਹਨਾਂ ਨੇ ਬਹੁਤ ਹੀ ਆਰਟਿਸਟ ਜਿਹਦੇ ਨਾਲ ਵੀ ਗੱਲ ਹੈ ਗੱਲ ਤੋਂ ਤੁਹਾਡੇ ਰੂਬਰੂ ਹੋਣਗੇ ਫਿਰ ਮੇਰੇ ਵੱਲੋਂ ਆਪ ਸਭ ਦੇ ਕਲੱਬ ਲਈ ਫਿਰ ਵੈਸਟ ਵਿਸ਼ੇ ਪਰਮਾਤਮਾ ਦੀ ਚੜ੍ਹਦੀ ਕਲਾ ਬਖਸ਼ੀ ਰੌਣਕ ਮੇਲਾ ਨਾਭੇ ਦੇ ਵਿੱਚ ਲੱਗਿਆ ਰਹੇ ਬਹੁਤ ਬਹੁਤ ਮਿਹਰਬਾਨੀ ਜੀ ਥੈਂਕ ਯੂ ਲਓ ਜੀ ਹੁਣ ਆਤਮਾ ਜੀ ਕਹਿੰਦੇ ਸਿੱਧੀ ਸਾਡੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ ਲਾ ਟਰਾਈ ਕਰਦਾ ਭਾਈ ਉਰੇ ਮਿਲੇ ਮੈਨੂੰ ਨਿਆਗਰਾ ਫਾਲ ਤੇ ਜਿੱਥੇ ਬਾਰਡਰ ਪੈਂਦਾ ਕੈਨੇਡਾ ਤੇ ਅਮੈਰੀਕਾ ਦਾ ਤੇ ਆਤਮਾ ਜੀ ਰਹਿਮਤ ਪਰਮਾਤਮਾ ਜੀ ਸੱਚਿਓ ਗਾਣਾ ਸੁਣਦਾ ਮੈਂ ਤੁਹਾਡਾ ਗੱਡੀ ਚਲਾ ਕੇ ਫਿਰ ਮੈਂ ਮੂਡ ਜੀ ਜਾ ਕੇ ਫੋਨ ਕਰਦਾ ਹੁੰਦਾ ਸੋ ਬਹੁਤ ਬਹੁਤ ਮਿਹਰਬਾਨੀ ਸਿੱਧੀ ਸਾਡੀ ਜੱਟੀ ਆਪ ਸਭ ਜੀ ਸਿੱਧੀ ਸਾਡੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ ਸੋਹਣੀ ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ
ਸੀ ਆ ਜਾ ਨਾਲੇ ਚੜਿਆ ਇਹ ਮੁੰਡੇ ਨੇ ਜਿਮ ਖੋਲਿਆ ਸੀ ਦਿਨ ਰਾਤ ਉੱਥੇ ਕੰਮ ਲੈਂਦੇ ਪਿਛਲੇ ਸਾਲ ਵੀ ਸਨਮਾਨ ਕਰਾਉਣਾ ਸੀ ਇਹਦਾ ਰਹਿ ਗਿਆ ਮੈਂ ਕਿਹਾ ਜਿਹੜਾ ਸ਼ਹਿਰ ਲਈ ਚੰਗਾ ਕੰਮ ਕਰਦਾ ਉਹਦਾ ਸਨਮਾਨ ਹੋਣਾ ਚਾਹੀਦਾ ਮੈਂ ਆਪਣੇ ਵੱਲੋਂ ਹੀ ਕਰਵਾ ਦਈਏ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜੀ ਫਿਰ ਸਾਰਿਆਂ ਨੇ ਬੈਸਟ ਵਿਸ਼ ਪਰਮਾਤਮਾ ਖੁਸ਼ ਰੱਖੇ ਜੀਤ ਹਰਮਨਵੀਰ ਨੇ ਝਾੜੀ ਮਾਰ ਤੋਂ ਸਾਰੇ ਕਰਦਾ ਪੰਜਾਬੀ ਲੋਕ ਐਕੀ ਦਾ ਥੰਮ ਬਈ ਜੀਤ ਹਰਮਨ।